ਓਇਆ ਥਾ ਤੇਰੀ ਗੱਲ ਕਰਨੀ, ਓਇਆ ਥਾ ਤੇਰੀ ਗੱਲ ਕਰਨੀ, ਗੱਲ ਕਰਨੀ ਕਬੂਤਰ ਚੀਨ, ਅਸਾਂ ਤੇਰੀ ਗੱਲ ਕਰਨੀ, ਗੱਲ ਕਰਨੀ ਆ ਡੈਡੀ ਨਾਲ, ਅਸਾਂ ਤੇਰੀ ਗੱਲ ਕਰਨੀ ਓਏ ਬਾਈ। ਲੱਭ ਤੇਰੇ ਆਪਣਾਵਾਂ ਸਾਨੂੰ ਬਹੁਤ ਸਤਾਇਆ, ਵੀ ਸੁਣਿਆ ਉਹਨਾਂ ਦੀ ਨੌ ਮਨ ਰੇਤ ਭੱਜ ਗਈ। ਲੱਭ ਤੇਰਿਆਂ ਪੜਾਵਾਂ ਸਾਨੂੰ ਬਹੁਤ ਸਤਾਇਆ, ਵੀ ਸੁਣਿਆ ਏ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਏ। ਭਲ ਜਿਹੜੀ ਪੱਪ ਤੁਸੀਂ ਪਾਣੀ ਜਿਹੜੀ ਸੱਪ ਵੇ, ਕੱਢ ਲਿਓ ਜਿਹੜੇ ਤੁਸੀਂ ਕਬੂਤਰ ਚੀਨੇ ਕੱਢਣੇ, ਅੱਛਾ ਲੈ ਜਾਣਾ ਤੈਨੂੰ ਨਾਲ, ਸਤੇਰੀ ਗੱਲ ਕਰਨੀ, ਗੱਲ ਕਰਨੀ ਹੈ ਨੋ ਮਨ ਨਾਲ, ਸਤੇਰੀ ਰੇਤ ਭੱਜ ਗਈ, ਗੱਲ ਕਰਨੀ ਹੈ ਜੱਗੇ ਨਾਲ, ਸਤੇਰੀ ਗੱਲ ਕਰਨੀ ਓਏ। ਬਸ ਕਰਦੇ ਭਾਈ, ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਬੁੱਢਾ ਜੀ, ਕਿਹੜਾ ਮਸਲਾ ਹੱਲ ਹੋ ਰਿਹਾ ਅੱਜ ਦੇ ਪ੍ਰੋਗਰਾਮ ਚ? ਕੀ ਟੌਪਿਕ ਆ, ਕੀ ਕਰ ਰਹੇ ਹੋ ਤੁਸੀਂ ਅੱਜ? ਤੁਮੇ ਕਿਆ ਟੈਨਸ਼ਨ ਕਾ ਪਰੇਸ਼ਾਨੀ, ਬੂਟੇ ਕਾ ਪ੍ਰੋਗਰਾਮ, ਬੂਟਾ ਜੋ ਮਰਜ਼ੀ ਕਰੇ ਅਭੀ ਬੰਦ ਕਰ ਦੇ, ਅਭੀ 10 ਘੰਟੇ ਨਾ ਬੰਦ ਕਰੇ, ਤੁਮੇ ਇਸਮੇ ਕਿਆ ਪ੍ਰੋਬਲਮ ਹੋ? ਯੇ ਕੈਸੇ ਪ੍ਰੋਗਰਾਮ ਹੈ, ਇਸਮੇ ਬੂਟੇ ਕੀ ਰਾਜ ਕੀ ਚਲਤੀ ਹੈ, ਜੋ ਨਜ਼ਰਾਨ ਬੂਟਾ ਕੋ ਸਾਰਾ ਪਰੇਸ਼ਾਨ ਪਸੰਦ ਕਰਦੇ ਹੈ, ਔਰ ਬੂਟੇ ਕੀ ਮਰਜ਼ੀ ਹੈ ਕਿ ਬੂਟਾ ਕੈਸੇ ਚਲਾ? ਆਹਿਸਤਾ ਆਹਿਸਤਾ ਬੂਟਾ ਵਰਲਡ ਐਂਕਰ ਐਵੇਂ ਨਹੀਂ ਬਣ ਗਿਆ। ਅੱਛਾ ਜੀ, ਤੇ ਇਹਨਾਂ ਦੇ ਸਿੰਗਰ ਬਣ ਚ ਕਿੰਨੇ ਕੁ ਮਨ ਰੇਤ ਰਹਿੰਦੀ ਹੈ ਬਾਕੀ ਹਾਲੇ? ਕਿਉਂ ਜੀ ਜਾ ਸਾਹਿਬ ਜੀ, ਮੈਂ ਪਹਿਲੇ ਵੀ ਯਾਰ ਅਰਜ਼ ਕੀਤੀ, ਚਲੋ ਦੁਬਾਰਾ ਵੀ ਕਰ ਦਿਓ। ਕਿ ਮੈਂ ਬਰਾੜ ਸਾਹਿਬ ਦਾ ਬੜਾ ਵੱਡਾ ਫੈਨ। ਬਰਾੜ ਦਾ ਤੂੰ ਫੈਨ ਹੋ ਗਿਆ ਯਾਰ, ਉਹਨੂੰ ਪੜੇ ਕਰ ਦੇ, ਕੋਈ ਆਪਣੀ ਵੀ ਤਰਜ਼ ਬਣਾਈ ਆ ਕਿਤੇ? ਹਾਂਜੀ ਆਪਣੀ ਵੀ ਬਣਾਈ। ਅਗਰ ਜਿਹਦੇ 'ਚ ਕਬੂਤਰ ਨਾ ਹੋਣ, ਰੇਤ ਨਾ ਹੋਵੇ, ਕੋਈ ਕੀਤਾ ਰਿਕਾਰਡ? ਹਾਂਜੀ ਮੈਂ ਕਿਤੇ ਨਹੀਂ, ਮੈਂ ਇੱਕ ਦੋ ਸਟੂਡੀਓ ਦੇ ਵਿੱਚ ਮੈਂ ਗਿਆ, ਉਹਨਾਂ ਨੇ ਮੇਰੇ ਕਬੂਤਰ ਵੀ ਖੋਲੇ ਤੇ ਮੇਰਾ ਰੇਤ ਵੀ ਸਾਰੀ ਖਰਾਬ ਕਰਤੀ, ਪੈਕ ਕੀਤਾ ਵੀ ਨਹੀਂ। ਆ ਲੈ ਫੜ, ਮੇਰੇ ਪੈਸੇ ਵੀ ਰੁੜੇ ਖਾ ਲੇ। ਤੁਹਾਡਾ ਵੀ ਕਿਸੇ ਨੇ ਕੋਈ ਕੰਮ ਕਰਨਾ ਸੀ? ਹਾਂਜੀ ਮੈਂ ਵਾਲੀਅਮ ਜਿਹੜਾ ਕਰਾਉਣਾ ਸੀ ਉਹਦੇ ਪੈਸੇ ਦੇਈ ਦੇਣੇ ਜੀ, ਵਾਲ ਫੇਰੀ ਪੈਸੇ ਹੁੰਦੇ ਨੇ, ਲੇਕਿਨ ਉਹਨਾਂ ਨੇ ਮੇਰੇ ਨਾਲ ਫਰਾਡ ਕੀਤਾ। ਡਾਕਟਰ ਸਾਹਿਬ ਆਪਕਾ ਤੋਂ ਕੰਮ ਵਿੱਚ ਪੈਸੇ ਨਿਕਲ ਆਇਆ? ਮੈਂ ਉਹੀ ਦੇਖਣਾ ਵੀ ਮੇਰਾ ਅੱਜ ਦੇ ਪ੍ਰੋਗਰਾਮ 'ਚ ਕੋਈ। ਅੱਛਾ ਨਾ ਜੀ, ਮੈਂ ਇੱਕ ਜਿਹੜਾ ਗੁਜ਼ਾਰਿਸ਼ ਕਰ ਦੂੰ, ਇੱਕ ਮਿੰਟ ਮੇਰੀ ਅਸਲ ਗੱਲ ਤੇ ਸੁਣ ਲਓ। ਹਾਂਜੀ ਮੈਂ ਪ੍ਰਮੋਟਰ ਹਾਂ ਜੀ, ਬਹੁਤ ਵੱਡਾ, ਦੁਨੀਆ ਦੇ ਬੜੇ ਸਿੰਗਰਾਂ ਨੂੰ ਬਾਹਰ ਲੈ ਕੇ ਜਾਂਦਾ। ਮੈਂ ਦੇਖ ਰਿਹਾ ਸੀ, ਮੈਂ ਕਿਹਾ ਚਲੋ ਬੱਚੇ ਦਾ ਭਲਾ ਹੋ ਜੇ, ਇਹਨਾਂ ਕੋਲ ਕਬੂਤਰ ਮਾਸ਼ਾਅੱਲਾ ਬੜੇ ਅੱਛੇ ਨੇ, ਨੌ ਮਨ ਰੇਤ ਆ, ਕਾਫੀ ਸਮਾਨ ਹੈ ਇਹਨਾਂ ਦੇ ਕੋਲ। ਨਹੀਂ ਮੈਂ ਸੋਚ ਰਿਹਾ ਇਹਨਾਂ ਦੇ ਕਬੂਤਰ ਖੋ ਕੇ, ਇਹਨਾਂ ਦੇ ਕਬੂਤਰਾਂ ਦਾ ਰੇਤ ਪਾ ਕੇ ਇਹਨੂੰ ਤੋੜਦਾ। ਜਨਾਬ ਰੁਪਈਆ ਮੈਨੂੰ ਦੇਣ, 6 ਲੱਖ ਇਹਨਾਂ ਦੀ ਕੇਸਟ ਰਿਲੀਜ਼ ਕਰਾ ਕੇ, 6 ਲੱਖ ਦੇ ਵਿੱਚ ਪੂਰੀ ਦੁਨੀਆ 'ਚ ਰਿਲੀਜ਼ ਵੀ ਕਰ ਦਿਆਂਗਾ। ਨਹੀਂ ਮੈਂ ਤਾਂ ਐਸੇ ਸੋਚਦੇ, ਮੈਂ ਨਹੀਂ ਆ ਤੱਕ 6 ਲੱਖ ਲਾ ਕੇ ਇਹਨੂੰ ਮੁੜ ਕੇ ਸੁਣੇ ਕੋਈ ਨਾ, ਤੇ ਤੂੰ ਮੇਰੇ ਦੁਆਲੇ ਹੁੰਦਾ ਇਹਨੂੰ ਜਾਣ ਤੂੰ। ਯਾਨੀ ਇਹ ਮਸ਼ਹੂਰ ਨਹੀਂ ਹੋਣਾ ਚਾਹੁੰਦੇ ਹੁਣ? ਨਹੀਂ ਮਸ਼ਹੂਰ ਹੋਣਾ ਚਾਹਤੇ ਆ, ਲੇਕਿਨ ਗਰੀਬ ਨਹੀਂ ਹੋਣਾ ਚਾਹਤੇ ਮਜ਼ੀਦ ਵੀ। ਨਹੀਂ ਇਹਨਾਂ ਨੇ ਕਮਾਉਣੇ ਵੀ ਨੇ, ਉਹ ਪਹਿਲੇ ਵੀ ਇਹਨਾਂ ਨੇ ਲੋਕਾਂ ਨੇ ਹੁਣ ਖੋਲੇ ਖੁੱਲੇ ਪੈਸੇ ਵਿਚਾਰੇ ਗਰੀਬ ਦਾ। ਚਲੋ ਮਰਜ਼ੀ ਤੁਹਾਡੀ, ਇੱਕ ਗਾਣਾ ਸੁਣੋ ਜ਼ਰਾ, ਤੁਹਾਡੀ ਮਿਹਰਬਾਨੀ ਪਤਾ ਲੱਗ ਸਾਓ। ਮੈਂ ਕੰਪੋਜੀਸ਼ਨ ਬਣਾਈ ਨਵੀਂ ਜੀ। ਅੱਛਾ ਜੀ, ਐ ਸੁਣਨਾ ਜ਼ਰਾ, ਰੀਮਿਕਸ ਕੀਤਾ ਮੈਂ ਇੱਕ ਨਵਾਂ ਗਾਣਾ ਜੀ, ਅਰਜ਼ ਕੀਤਾ ਗਏ। ਸਦਾ ਹੂੰ ਆਪਣੇ ਪਿਆਰ ਕੀ ਜਹਾਂ ਸੇ ਬੇਨਿਆਜ਼ ਹੂੰ, ਕਿਸੀ ਸੇ ਜੋ ਨਾ ਧੁਲ ਸਕੇ ਵੋ ਜ਼ਿੰਦਗੀ ਕਾ ਰਾਜ਼ ਹੂੰ। ਯੇ ਬਹੁਤ ਫਿਟ ਹੈ। ਸਦਾ ਹੂੰ ਆਪਣੇ ਪਿਆਰ ਕੀ ਜਹਾਂ ਸੇ ਬੇਨਿਆਜ਼ ਹੂੰ, ਕਿਸੀ ਸੇ ਜੋ ਨਾ ਧੁਲ ਸਕੇ ਵੋ ਜ਼ਿੰਦਗੀ ਕਾ ਰਾਜ਼ ਹੂੰ। ਤੋ ਤੂੰ ਸਜ਼ਾ ਹੈ ਮੇਰੇ ਪ੍ਰੋਗਰਾਮ ਵਿੱਚ, ਜਾਂ ਦਫਾ ਹੋ ਜਾ ਬੇਟਾ, ਕਿਤੇ ਮੈਨੂੰ ਹੋਰ ਕੁਝ ਕਰ ਲੈਣ। ਲਤੀਫਾ ਸੁਣਾਉਣਾ ਜੀ, ਬੜੇ ਮਸ਼ਹੂਰ ਸਾਡੇ ਗਜ਼ਲ ਗਾਇਕ ਨੇ ਇੱਕ ਪਾਕਿਸਤਾਨ ਦੇ, ਜਨਾਬ ਗੁਲਾਮ ਅਲੀ। ਸੁਣਾ ਜੋ ਲਤੀਫਾ। ਇਹ ਗੁਲਾਮ ਅਲੀ ਸਾਹਿਬ ਨੇ ਜਿਹੜਾ ਗਜ਼ਲ ਗਾਇਕ। ਹਾਂਜੀ। ਹੰਗਾਮਾ ਹੈ ਕਿਉਂ ਬਰਪਾ, ਥੋੜੀ ਸੀ ਜੋ ਪੀਲੀ ਹੈ। ਜਿੱਦਾਂ ਇਹ ਬਰਾਰੋ ਲਖ ਸਾਹਿਬ ਦੇ ਫੈਨ ਨੇ ਨਾ, ਇਹ ਤਾਂ ਕੋਈ ਗੁਲਾਮ ਅਲੀ ਸਾਹਿਬ ਦਾ ਫੈਨ ਸੀ, ਬਹੁਤ ਵੱਡਾ ਫੈਨ ਸੀ ਉਹਨਾਂ ਦਾ। ਉਹ ਜਨਾਬ ਇਸ ਤਰ੍ਹਾਂ ਕਿਸੇ ਮਹਿਫਲ ਚੋਂ, ਮਸੀਕੀ ਦੀ ਮਹਿਫਲ ਹੋ ਰਹੀ ਸੀ, ਉੱਥੇ ਭਾਈ ਹੋਣੀ ਵੜ ਗਏ ਨੇ। ਉੱਥੇ ਜਾ ਕੇ ਅੰਦਰ ਜਾ ਕੇ ਨਾ ਬੜੇ ਭਾਰ ਨਾਲ ਤਾਰਫ ਕਰਾਉਂਦਾ ਹੈ, ਕਹਿੰਦਾ ਜੀ ਮੈਂ ਦੂਸਰਾ ਗੁਲਾਮ ਅਲੀ ਹਾਂ। ਇੱਕ ਬੰਦਾ ਉੱਠਿਆ ਕਹਿੰਦਾ ਦਫਾ ਹੋ ਜਾਓ, ਮੈਨੂੰ ਪਹਿਲਾਂ ਨੀ ਚੰਗਾ ਲੱਗਦਾ। ਠੀਕ ਹੈ ਭਾਜੀ, ਇੱਥੇ ਹੱਸਣਾ ਸੀ। ਚਲੋ ਇਹਨਾਂ ਕੋਲੋਂ ਕੋਈ ਹੋਰ ਵੀ ਗਾਣਾ ਗੁਣਾ ਸੁਣਾ ਦਿਓ। ਇੰਡੀਅਨ ਜਾਂ ਪਾਕਿਸਤਾਨ ਬੇਟਾ, ਸਜ਼ਾ ਜਾਂ ਕਿਸੇ ਵੀ ਰੰਗ ਚ ਦੇ ਦੇ, ਸ਼ੁਰੂ ਕਰ ਜਿਹੜਾ ਵੀ। ਹਣੀਆਂ ਵੇ ਡੋਲਾ ਨਾ ਜਾਵੀ, ਵੇ ਨਾ ਜਾਵੀ, ਕਬੂਤਰਾਂ ਦੇ ਵਸ ਮੈਨੂੰ ਪਾ ਕੇ ਨਾ ਜਾਈ, ਵੇ ਨੌ ਮਣ ਮੇਰੀ ਰੇਤ ਭਿੱਜ ਗਈ, ਵੇ ਸੋ ਤੈਨੂੰ ਇਸ਼ਕੇ ਨੂੰ ਲੀਕ ਨਾ ਲਾਈ, ਵੇ ਤੇਰੇ ਉੱਤੋਂ ਵਾਰਾ ਸਾਰੇ ਕਬੂਤਰ ਚੀਨੇ, ਤੋੜ ਸੁੱਟਾਂ ਚੂੜੀਆਂ ਤੇ ਖੋਲ ਸੁੱਟਾਂ ਵਾਲ,
ਛੱਡ ਕੇ ਨਾ ਜਾਵੀ ਮੈਨੂੰ ਲੈ ਚੱਲਣਾ ਤੋੜ ਸੁੱਟਾਂ ਚੂੜੀਆਂ ਤੇ ਖੋਲਦਿਆਂ ਵਾਲ ਵਾਹ ਯਾਰ ਵਾਹ ਪੂਰੀਆਂ ਕਰ ਕਦੀ ਫਰਮੈਸ਼ਾਂ ਤੂੰ ਮੇਰੀਆਂ ਚੌਂਕਾਂ ਦੇ ਵਿੱਚ ਲਾ ਕੇ ਵੇਚ ਕੱਪੜੇ ਦੀਆਂ ਟੇਰੀਆਂ ਹੋਣਗੀਆਂ ਫੇਰ ਮੇਰੀਆਂ ਸਾਰੀਆਂ ਚੀਜ਼ਾਂ ਸਾਰੀਆਂ ਮੇਰੀਆਂ ਜੇ ਪੰਡ ਲੱਗੇ ਪਾਰੀ ਤਾਂ ਮੈਨੂੰ ਵੀ ਲੈ ਜਾਇਆ ਕਰ ਨਾਲ ਤੋੜ ਸੁੱਟਾਂ ਚੂੜੀਆਂ ਤੇ ਖੋਲ ਸੁੱਟਾਂ ਬਾਹਰ ਖੁਦਾ ਦਾ ਵਾਸਤਾ ਮੈਨੂੰ ਮਾਫ਼ੀ ਦੇ ਦਿਓ ਤੁਹਾਨੂੰ ਅੱਲਾ ਦਾ ਵਾਸਤਾ ਮੁਝੇ ਤੋਂ ਅੱਛਾ ਲੱਗਾ ਮੁਝੇ ਖੈਰ ਮਸੀਕੀ ਕਾ ਇਤਨਾ ਪਤਾ ਨਹੀਂ ਹੈ ਲੇਕਿਨ ਆਜ ਕੇ ਬਾਅਦ ਵੀ ਮੁਝੇ ਪਹਿਲੇ ਨਫ਼ਰਤ ਨਹੀਂ ਥੀ ਆਜ ਮੁਝੇ ਨਫ਼ਰਤ ਲੱਗਦਾ ਹੈ ਕਿ ਮੈਂ ਕੋਈ ਪ੍ਰੇਮ ਹਾਂ ਕਿਹੜਾ ਗਾਣਾ ਹੁੰਦਾ ਯਾਰ ਓਏ ਓਏ ਇਹਨੂੰ ਆਵਾਜ਼ ਮਾਰੀਆਂ ਤੇਰੇ ਨਾਲ ਆ ਯਾਰ ਬਾਹਰ ਵੇਖੀ ਕੋਈ ਲੜਕੀ ਆਈ ਲੜਕੀ ਤੇ ਕਿੱਥੇ ਆਈ ਲੜਕੀ ਦੇ ਨਾਂ ਤੇ ਤੂੰ ਕੱਢੀ ਛੇਤੀ ਹੈਲਮਟ ਲਾ ਕੇ ਤੇ ਕੱਢਾ ਹਾਂਜੀ ਆਈ ਹੈ ਬੜਾ ਲਾਉਣ ਤੁਸੀਂ ਆਪਣਾ ਕੋਈ ਬੈਂਡ ਕੋ ਗਰੁੱਪ ਕੋਈ ਬਣਾਇਆ ਨੀ ਕੁਛ ਵੀ ਸ਼ੇਖ ਸਾਹਿਬ ਕੌਣ ਆਏ ਨੇ ਜ਼ਰਾ ਹਾਂਜੀ ਇਹ ਮੇਰੀ ਵਿਕਟਮ ਆ ਉਹ ਜ਼ਰਾ ਲੇਟ ਹੋ ਗਏ ਅੱਛਾ ਅੱਛਾ ਠੀਕ ਮਾਸ਼ਾਅੱਲਾ ਜੀ ਮਾਸ਼ਾਅੱਲਾ ਆ ਯਾਰ ਜ਼ਰਾ ਜਗ੍ਹਾ ਦੇ ਦੇ ਉਹ ਸੁਣ ਜਗ੍ਹਾ ਨਹੀਂ ਸੀਗੀ ਤੇ ਬੁਲਾਇਆ ਕਿਉਂ ਲਾਣਾ ਓਏ ਕੈਮਰਾ ਜ਼ਰਾ ਦੂਜੀ ਸਾਈਡ ਤੇ ਵੀ ਕਰ ਉਸਤਾਦ ਆਏ ਮੈਡਮ ਆਪ ਉਹ ਸਾਹਮਣੇ ਵਾਲੀ ਜਗ੍ਹਾ ਤੇ ਬੈਠ ਜਾ ਜੀ ਅੱਛਾ ਜੀ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਐ ਇੱਧਰ ਆ ਜਾਓ ਅੰਦਰ ਆ ਜਾਓ ਐ ਸੋਫੇ ਤੇ ਸਕੂਨ ਨਾ ਪੈ ਜਾਣਾ ਆ ਵੇਖ ਇਸ ਲਾਂਤੀ ਦੀ ਹਣਕਤਾਂ ਵੇਖ ਜ਼ਰਾ ਐ ਬੂਟਾ ਜੀ ਇਹਨਾਂ ਦਾ ਜਿਹੜਾ ਮਸਲਾ ਆਪਾਂ ਇੱਥੇ ਅੱਜ ਹੀ ਹੱਲ ਕਰਨਾ ਜੀ ਅਗਲੇ ਪ੍ਰੋਗਰਾਮ ਤੇ ਇਹਨਾਂ ਨੇ ਆਉਣਾ ਕਿਤੇ ਤੂੰ ਇਹਦੇ ਮਸਲੇ ਨਾਲ ਤੈਨੂੰ ਕੀ ਕਰਦਾ ਮੈਂ ਤੁਹਾਡੇ ਨਾਲ ਹਾਂ ਇਹ ਮੇਰਾ ਮਸਲਾ ਹੈ ਮੇਰਾ ਫਿਕਰ ਉਹ ਤੇਰੇ ਨਾਲ 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 ਵੇ ਮੈਂ ਰਹਿਣਾ ਮੈਂ ਤੇਰੇ ਹਾਣ ਦੀ ਦੁਨੀਆ ਜਾਣਦੀ ਤੂੰ ਏ ਮੇਰਾ ਗਹਿਣਾ ਉਹ ਤੇਰੇ ਨਾਲ ਨਾਲ ਉਹ ਤੇਰੇ ਨਾਲ 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 ਨਹੀਂ ਮੈਂ ਰਹਿਣਾ ਤੂੰ ਬੜਾ ਲਾਂਤੀ ਬੜਾ ਤੂੰ ਆਪਣਾ ਤਾਂ ਹੈਗਾ ਕਲੈਣਾ ਅੱਛਾ ਬੂਟੇ ਬਕਵਾਸ ਕਰ ਮੈਂ ਕਿਹਾ ਚਲੋ 6 ਲੱਖ ਨਹੀਂ ਤੇ 4 ਕੁ ਲੱਖ ਦੇ ਦੇਣ ਕਾਹਦਾ ਬਾਈ ਮੈਂ ਆ ਜਿਹੜਾ ਮੈਂ ਇਹਨਾਂ ਦਾ ਸੀਡੀ ਰਿਲੀਜ਼ ਕਰ ਦੇਣਾ ਨਾ 4 ਕੁ ਲੱਖ 3 ਲੱਖ ਹੀ ਦੇ ਦੇਣ ਚਲੋ ਕਿਉਂ ਜੀ ਤੁਹਾਨੂੰ ਵਾੜੇ ਚਾਗਾ ਜੀ ਚਾਰ ਬਾਜਨ ਤੁਸੀਂ ਕੋਈ ਆਪਣਾ ਦੁਨੀਆ ਉੱਤੇ ਰੱਖ ਫਕੀਰ ਐਸਾ ਬੈਂਡ ਖਲੋਣ ਬਣਾਇਆ ਕੋਈ ਕਿਤੇ ਕੋਈ ਬੈਂਡ ਖਲੋਣ ਮੈਂ ਇਹੀ ਤੇ ਜਨਾਬ ਅਰਜ਼ ਕਰ ਰਿਹਾ ਚਲੋ ਬ੍ਰੇਕ ਤੋਂ ਬਾਅਦ ਬ੍ਰੇਕ ਬੂਟਾ ਜੀ ਲੈ ਲੈਣ ਬ੍ਰੇਕ ਤੋਂ ਬਾਅਦ ਫਿਰ ਤੁਹਾਨੂੰ ਮੈਂ